ਆਲਸ ਇਨਫੋਰਮੇਸ਼ਨ ਜੀ ਉਸ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਬਾਵੇ ਵੀਰੇ ਨਾਲ ਉਹ ਵਾਲੀ ਤੇ ਬਾਕੀ ਜਿਹੜੇ ਪੁਰਾਣੇ ਇੰਟਰਵਿਊ ਸੀਗੇ ਪਿਛਲੇ ਨਵੰਬਰ ਦੇ ਉਹ ਜਿਹੜੇ ਹੁਣ ਵਾਇਰਲ ਕੀਤੇ ਜਾ ਰਹੇ ਨੇ ਕਲਿੱਪਾਂ ਕੱਟ-ਕੱਟ ਕੇ ਜੀ ਇਹ ਵੀ ਤੁਹਾਨੂੰ ਲੱਗਦਾ ਵੀ ਮੈਂ ਗਲਤੀ ਕੀਤੀ ਉਹਦੀ ਕਲੀਅਰਿਫਿਕੇਸ਼ਨ ਮੈਂ ਤੁਹਾਨੂੰ ਦੇਣੀ ਆ ਜੀ ਤੁਸੀਂ ਕਿਸੇ ਦੀ ਇਨਫੋਰਮੇਸ਼ਨ ਅੱਗੇ ਫਾਰਵਰਡ ਕਰੀ ਜਾਂਦੇ ਹੋ ਜਾਂ ਉਹ ਗਲਤ ਤਰੀਕੇ ਨਾਲ ਬਿਨਾ ਮਤਲਬ ਤੁਸੀਂ ਬੁਤਲੇ ਸਾੜਦੇ ਆ ਜਾਂ ਕੁਝ ਕਰਨਾ ਮੈਂ ਕੋਈ ਪੋਲਿਟੀਕਲ ਬੰਦਾ ਤੇ ਆਇਆ ਨਹੀਂ ਗਾ ਜੀ ਜਿਹੜੇ ਕੌਂਟਰੈਕਟ ਕੀਤੇ ਨੇ ਉਹ ਨਹੀਂ ਬ੍ਰੀਚ ਹੋ ਸਕਦੇ ਭਾਜੀ। ਉਹ ਸਾਨੂੰ ਸਿਰੇ ਤੋੜ ਨਿਭਾਉਣੇ ਪੈਣਗੇ। ਆ ਉਹਦੇ 'ਚ ਅਸੀਂ ਜਿੰਨਾ ਉਹਨਾਂ ਨੂੰ ਅਵੋਇਡ ਕਰ ਸਕਦੇ ਆਂ ਵੀ ਉਹਨਾਂ ਨੂੰ ਅਸੀਂ ਟੈਗ ਨਾ ਕਰੀਏ ਫਿਲਮਾਂ ਦੇ ਵਿੱਚ ਜਾਂ ਮਤਲਬ ਲੋਕ ਕਰ ਸਕਦੇ ਨੇ ਵੀ ਤੁਸੀਂ ਨਾ ਜਾਓ ਦੇਖਣ। ਕ੍ਰਿਟਿਸਿਜ਼ਮ ਜਾਂ ਹੈਲਥੀ ਕ੍ਰਿਟਿਸਿਜ਼ਮ 'ਚ ਫਰਕ ਕੀ ਮੰਗਦੇ? ਭਾਜੀ ਮੈਂ ਗਲਤ ਹੁੰਦਾ ਜੇ ਮੈਂ ਪਹਿਲੇ ਦਿਨ ਮਾਫੀ ਮੰਗ ਜਾਂਦਾ। ਜੇ ਮੈਂ ਗਲਤ ਹੁੰਦਾ ਨਾ ਪਹਿਲੇ ਦਿਨ ਮਾਫੀ ਮੰਗ ਜਾਂਦਾ। ਇਹ ਰਿਕੁਐਸਟ ਕਰ ਰਹੇ ਆ ਜੀ ਸਰਕਾਰ ਨੂੰ ਰਿਕੁਐਸਟ ਕਰ ਰਹੇ ਆ ਕੋਈ ਅਸੀਂ ਲਲਕਾਰ ਕੇ ਨਹੀਂ ਕਹਿ ਰਹੇ ਕੁਝ ਨਹੀਂ ਕਰ ਰਹੇ ਮੈਂ ਬੇਨਤੀ ਕਰ ਰਹੇ ਆ ਜੀ ਕੋਈ ਵੀ ਮਤਲਬ ਸਰਕਾਰ ਦਾ ਬੰਦਾ ਸੁਣਦਾ ਜਾਂ ਕੋਈ ਵੀ ਨੁਮਾਇੰਦਾ ਸੁਣਦਾ ਜਿਹੜਾ ਉੱਥੇ ਤੱਕ ਗੱਲ ਪਹੁੰਚਾ ਸਕਦਾ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ ਪਿਆਰ ਨਾਲ ਹੀ ਇੱਕ ਵਾਰੀ ਰਿਕੁਐਸਟ ਕਰਦੇ ਪਏ ਆ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਐਸਨ ਜਸ ਪੋਸਿਬਲ ਜਿਹੜੇ ਬੇਲਣੇ ਰੱਦ ਕਰੇ ਜਾਣ ਸਤਿ ਸ਼੍ਰੀ ਅਕਾਲ ਦੈਨਿਕ ਸੁਰੈ ਤੁਹਾਡਾ ਸਵਾਗਤ ਹੈ ਮੈਂ ਰਵਿੰਦਰ ਮੀਤ ਐਮਈ ਵਿਰਕ ਦੀਆਂ ਕੁਝ ਰਿਲੀਜ਼ ਹੋਈਆਂ ਫਿਲਮਾਂ ਅਤੇ ਕੁਝ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਫੇਸਬੁੱਕ ਤੇ ਵਿਰੋਧ ਵੀ ਹੋ ਰਿਹਾ ਤੇ ਚਰਚਾ ਵੀ ਲਗਾਤਾਰ ਹੋ ਰਹੀ ਹੈ ਇਸ ਮਸਲੇ ਤੇ ਜੋ ਵਿਰੋਧ ਕਰ ਰਹੇ ਨੇ ਲੋਕ ਉਹ ਕਹਿ ਰਹੇ ਨੇ ਕਿ ਐਮਈ ਵਿਰ ਕੁਝ ਐਸੇ ਲੋਕਾਂ ਨਾਲ ਜੁੜੇ ਹੋਏ ਨੇ ਕੁਝ ਐਸੇ ਅਦਾਰਿਆਂ ਨਾਲ ਜੁੜੇ ਹੋਏ ਨੇ ਜੋ ਕਿਸਾਨ ਵਿਰੋਧੀ ਨੇ ਪੰਜਾਬ ਵਿਰੋਧੀ ਨੇ ਅੱਜ ਇਸੇ ਮਸਲੇ ਤੇ ਅਸੀਂ ਐਮਈ ਵਿਰਕ ਨਾਲ ਗੱਲ ਕਰਾਂਗੇ ਸਾਡੇ ਨਾਲ ਨੇ ਐਮਈ ਬਾਈ ਅਤੇ ਜਗਦੀਪ ਬਾਈ ਵੀ ਸਾਡੇ ਨਾਲ ਨੇ ਐਮੇ ਭਾਈ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਤੁਹਾਡਾ ਸਵਾਗਤ ਹੈ ਦੂਜੀ ਗੱਲ ਇਹ ਹੈ ਇੰਨਾ ਵਿਵਾਦ ਜਿਹੜਾ ਹੋ ਰਿਹਾ ਹੈ ਇਹਨਾਂ ਵਿਵਾਦ ਹੋਣ ਦਾ ਕਾਰਨ ਕੀ ਹੈ ਅਸਲ ਦੇ ਵਿੱਚ ਲਗਾਤਾਰੀ ਜਿਹੜੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੁਝ ਦਿਨਾਂ ਤੋਂ ਤੁਹਾਡੇ ਨਾਮ ਤੇ ਬੜੇ ਵਿਵਾਦ ਛੜ ਰਹੇ ਨੇ ਕਾਰਨ ਇਹਦੇ ਪਿੱਛੇ ਕੀ ਮੰਨਦੇ ਹੋ ਤੁਸੀਂ ਤੇ ਆਖਿਰਕਾਰ ਇਹਨਾਂ ਗੱਲਾਂ 'ਚ ਸੱਚਾਈ ਕਿੰਨੀ ਸਭ ਤੋਂ ਪਹਿਲਾਂ ਜੀ ਦੈਨਿਕ ਸਵੇਰਾ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜਮੇਦ ਭਾਈ ਜੀ ਤੁਹਾਨੂੰ ਇਹ ਜੀ ਫਾਲਸ ਇਨਫੋਰਮੇਸ਼ਨ ਜੀ ਬਸ ਉਹ ਜਿਹੜੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਬਾਵੇ ਵੀਰੇ ਨਾਲ ਉਹ ਵਾਲੀ ਤੇ ਬਾਕੀ ਜਿਹੜੇ ਪੁਰਾਣੇ ਇੰਟਰਵਿਊ ਸੀਗੇ ਪਿਛਲੇ ਨਵੰਬਰ ਦੇ ਉਹ ਜਿਹੜੇ ਹੁਣ ਜੀ ਵਾਇਰਲ ਕੀਤੇ ਜਾ ਰਹੇ ਨੇ ਕਲਿੱਪਾਂ ਕੱਟ-ਕੱਟ ਕੇ ਉਹਨੂੰ ਕਿਹੜਾ ਵੀਰ ਕਰਨ ਰਿਹਾ ਹੈ ਸਤਿਕਾਰਯੋਗ ਹੈ ਸਾਡਾ ਉਹਨੂੰ ਬੇਨਤੀ ਹੈ ਵੀ ਪਲੀਜ਼ ਜਿਹੜੀ ਟਰੂ ਇਨਫੋਰਮੇਸ਼ਨ ਹੈ ਜਾਂ ਉਹ ਅੱਗੇ ਲੋਕਾਂ ਤੱਕ ਪਹੁੰਚਾਓ ਜਾਂ ਉਹ ਲੋਕਾਂ ਤੱਕ ਪਹੁੰਚਦੀ ਕਰੋ ਕਿਉਂਕਿ ਕਿਸੇ ਦਾ ਕੈਰੀਅਰ ਹੁੰਦਾ ਜੀ ਮਤਲਬ ਉਹਦੇ ਮਾਪਿਓ ਵੀ ਉਸ ਚੀਜ਼ ਸਫਰ ਕਰਦੇ ਆ ਉਹਦੀ ਫੈਮਿਲੀ ਵੀ ਸਾਰੀ ਸਫਰ ਕਰਦੀ ਹੈ ਬਿਕੋਜ਼ ਉਹਨਾਂ ਨੂੰ ਨਹੀਂ ਤੁਸੀਂ ਸਮਝਾ ਸਕਦੇ ਉਹਨਾਂ ਨੂੰ ਅੰਜ ਲੱਗਦਾ ਵੀ ਖਰੇ ਕਹਾਣੀ ਖਤਮ ਹੋ ਗਈਆਂ ਸਾਰਾ ਕੁਝ ਇਦਾਂ ਹੋ ਗਿਆ ਐ ਹੋ ਗਿਆ ਤੇ ਕਿਉਂਕਿ ਐਸੀ ਚਲੋ ਕ੍ਰਿਟਿਸਿਜ਼ਮ ਹੁੰਦਾ ਭਾਜੀ ਕ੍ਰਿਟਿਸਿਜ਼ਮ ਕਈ ਤਰੀਕੇ ਦਾ ਹੁੰਦਾ ਵੀ ਤੁਸੀਂ ਕਿਸੇ ਨੂੰ ਹਾਂ ਕ੍ਰਿਟਿਸਾਈਜ਼ ਕਰਨਾ ਜਾਂ ਕਹਿਣਾ ਵੀ ਐਮੀ ਸਾਹਿਬ ਤੇਰੀਆਂ ਚੀਜ਼ ਨਹੀਂ ਠੀਕ ਲੱਗੀ ਪੁੱਤ ਮੈਂ ਐ ਤੂੰ ਐ ਕਰ ਲਾ ਪੀ ਆਹ ਚੀਜ਼ ਅਸੀਂ ਤੇਰੀ ਨਹੀਂ ਵੇਖਾਂਗੇ ਉਹ ਸਤਕਾਰ ਸਹਿਤ ਹੁੰਦਾ ਜੀ ਕ੍ਰਿਟਿਸਿਜ਼ਮ ਆਪਾਂ ਸੁਣਦੇ ਹਾਂ ਕਿਸੇ ਨੂੰ ਗਾਲ ਕੱਢਣੀ ਜਾਂ ਮਤਲਬ ਕਿਸੇ ਬੁਰੇ ਤਰੀਕੇ ਨਾਲ ਤਨਕੀਦ ਕਰਨੀ ਉਹ ਮਤਲਬ ਸਹੀ ਕ੍ਰਿਟਿਸਿਜ਼ਮ ਨਹੀਂ ਹੁੰਦਾ ਜੀ ਤੇ ਮੇਰੀ ਸਾਰਿਆਂ ਨੂੰ ਉਹ ਬੇਨਤੀ ਹੈ ਵੀ ਤੁਹਾਨੂੰ ਲੱਗਦਾ ਵੀ ਮੈਂ ਗਲਤੀ ਕੀਤੀ ਹੈ ਉਹਦੀ ਕਲੈਰੀਫਿਕੇਸ਼ਨ ਮੈਂ ਤੁਹਾਨੂੰ ਦੇਣੀ ਹੈ ਜੀ ਤੁਸੀਂ ਕਿਸੇ ਦੀ ਇਨਫੋਰਮੇਸ਼ਨ ਅੱਗੇ ਫਾਰਵਰਡ ਕਰੀ ਜਾਂਦੇ ਹੋ ਜਾਂ ਉਹ ਗਲਤ ਤਰੀਕੇ ਨਾਲ ਬਿਨਾ ਮਤਲਬ ਤੁਸੀਂ ਪੁਤਲੇ ਸਾੜਦੇ ਆ ਜਾਂ ਕੁਝ ਕਰਨਾ ਮੈਂ ਕੋਈ ਪੋਲਿਟੀਕਲ ਬੰਦਾ ਤਾਂ ਹੈ ਨਹੀਂਗਾ ਜੀ ਮੈਂ ਤਾਂ ਤੁਹਾਡ ਜਿਹੜੀਆਂ ਚੀਜ਼ਾਂ ਸਾਡੀਆਂ ਪ੍ਰਾਣੀਆਂ ਹੋਈਆਂ ਨੇ ਕੋਈ ਵੀ ਚੀਜ਼ਾਂ ਪੁਰਾਣੀਆਂ ਸਾਡੀਆਂ ਹੋਈਆਂ ਖੜੀਆਂ ਨੇ ਧਰਨਿਆਂ ਤੋਂ ਪਹਿਲਾਂ ਦੀਆਂ ਕੋਸ਼ਕ ਸ਼ੂਟ ਹੋਈਆਂ ਸੀਗੀਆਂ ਕੋਸ਼ਕ ਰਿਲੀਜ਼ ਮਤਲਬ ਹੋਣ ਵਾਲੀਆਂ ਸੀਗੀਆਂ ਤੇ ਜਦੋਂ ਕੋਵਿਡ ਸ਼ੁਰੂ ਹੋ ਗਿਆ ਕੋਸ਼ਕ ਚੀਜ਼ਾਂ ਤੇ ਕੰਟਰੈਕਟ ਪਹਿਲਾਂ ਦੇ ਹੋਏ ਹੋਏ ਸੀਗੇ ਹੁਣ ਜਿਹੜੀਆਂ ਚੀਜ਼ਾਂ ਪੁਰਾਣੀਆਂ ਹੋਈਆਂ ਹੋਈਆਂ ਨੇ ਉਹ ਤਾਂ ਸਾਡੇ ਲਈ ਹੈਵ ਟੂ ਆਣਾ ਜੇ ਉਹ ਕੰਟਰੈਕਟ ਸਿਰੇ ਤੱਕ ਨਿਬੇੜਨੇ ਜੀ ਉਹ ਕੰਟਰੈਕਟ ਰੱਦ ਹੋ ਸਕਦੇ ਸੀ ਕਿਸੇ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਵੀ ਕੰਟਰੈਕਟ ਰੱਦ ਨਹੀਂ ਹੋ ਸਕਦਾ ਤੇ ਨਾ ਹੀ ਉਹਦੇ ਲਈ ਅਪਰੋਚ ਕਰ ਸਕਦਾ ਕੋਈ ਬੰਦਾ ਪੀਪਾ ਜੀ ਮੇਰਾ ਨਾਮ ਕੱਢ ਦੋ ਇਸ ਚੀਜ਼ ਦੇ ਵਿੱਚੋਂ ਕਿਉਂਕਿ ਉਹ ਫਿਲਮਾਂ ਦਾ ਹੈ ਕੀਤਾ ਵੀ ਤਿੰਨ ਚੀਜ਼ਾਂ ਤਿੰਨ ਆਪਣੇ ਜਿਹੜੇ ਲਾਜ਼ ਨੇ ਪੰਜਾਬ ਦੇ ਵਿੱਚ ਇੱਕ empowerment ਤੇ protection ਤੇ essential commodities trade and commerce ਜਿਹੜਾ ਆਪਣਾ empowerment ਤੇ protection ਵਾਲੇ ਚਾਹੀ ਜੀ ਕੰਟਰੈਕਟ ਫਾਰਮਿੰਗ ਵੀ ਆਪਣੇ ਸਾਲ ਤੋਂ 1.5 ਸਾਲ ਤੋਂ ਆਪਣੇ ਲੋਕ ਉੱਥੇ ਬੈਠੇ ਆ ਜੀ ਕਿੰਨੇ ਆਪਣੇ ਪਰਿਵਾਰਾਂ ਦੇ ਜਿਹੜੇ ਮਤਲਬ ਮੁੰਡੇ ਜਾਂ ਕੋਈ ਬਜ਼ੁਰਗ ਕਈ ਬੱਚੇ ਸ਼ਹੀਦ ਹੋਏ ਆ ਜੀ ਉੱਥੇ ਕਿੰਨੇ ਮਤਲਬ ਪਰਿਵਾਰ ਖਤਮ ਹੋਏ ਜਿਹੜੇ ਪੈਸੇ ਦਾ ਕਿੰਨੀ ਉੱਥੇ ਮਤਲਬ ਫਾਈਨੈਂਸ਼ੀਅਲੀ ਕਿੰਨਾ ਲਾਸਟ ਚੱਲਿਆ ਕਈ ਲੋਕਾਂ ਨੇ ਉੱਥੇ ਜਾਂ ਕਿੰਨੇ ਲੋਕਾਂ ਨੇ ਮਤਲਬ ਆਪਣਾ ਟਾਈਮ ਉੱਥੇ ਦਿੱਤਾ ਜਿਹੜੇ ਹੁਣ ਤੱਕ ਦਿੰਦੇ ਪਏ ਆ ਜੀ ਜਿੰਨੇ ਮਤਲਬ ਉੱਥੇ ਮਹਾਨ ਲੋਕ ਬੈਠੇ ਆ ਜਾਂ ਕੋਈ ਵੀ ਮਾਤਾ ਨੇ ਜੇ ਘਰ ਬਿਠੀ ਨੇ ਵੀ ਅਰਦਾਸ ਕੀਤੀ ਉਹਦਾ ਵੀ ਕਿੰਨਾ ਸਹਿਯੋਗ ਰਿਹਾ ਰਾਈਟ ਉਹ ਮਤਲਬ ਉਹਦੇ ਵਿੱਚ ਉਹ ਕੰਟਰੈਕਟ ਹੈ ਜੀ ਇੱਕ ਤਾਂ ਦੇਖੋ ਉਹ ਵੀ ਇੱਕ ਕੰਟਰੈਕਟ ਫਾਰਮਿੰਗ ਹੈ ਜੀ ਉਹਦਾ ਕਿਹੜਾ ਵਿੱਚ ਮਸਲਾ ਵੀ ਆਪਣਾ ਉੱਥੇ ਕੇਸ ਬੰਬੇ ਪੈਣਾ ਹੈ ਜੀ ਮਤਲਬ ਕੇਸ ਇੱਥੇ ਪਊਗਾ ਪਰ ਤੁਹਾਡਾ ਜਿਹੜਾ ਕੰਟਰੈਕਟ ਹੋਊਗਾ ਕਿਸੇ ਬੰਬੇ ਦੀ ਵੱਡੀ ਕੰਪ ਪੰਜਾਬ ਦੇ ਬੰਦੇ ਨਾਲ ਸੇਮ ਹੀ ਪੰਜਾਬ ਦੇ ਬੰਦੇ ਦੀ ਤੇ ਸੇਮ ਹੀ ਭਾਜੀ ਮੇਰਾ ਫਿਲਮ ਦੇ ਵਿੱਚ ਕੰਟਰੈਕਟ ਸੀ ਕਿਉਂਕਿ ਮੈਂ ਕੱਲਾ ਹੀ ਪੰਜਾਬ ਤੋਂ ਜਿਹੜਾ ਉਸ ਫਿਲਮ ਦੇ ਵਿੱਚ ਇਨਵੋਲ ਸੀਗਾ ਜਾਂ ਮਤਲਬ ਕਿਸੇ ਵੀ ਤਰੀਕੇ ਨਾਲ ਜੀ ਨਾਲ ਜਿੱਦਣਾ ਜਿਵੇਂ ਨਾਲ 10 ਬੰਦੇ ਵੀ ਜਿੱਦ ਜਾਣਗੇ ਉਹਨਾਂ ਦੇ ਮੈਂ ਵਕੀਲ ਨਾਲ ਥੋੜੀ ਜਿਹੀ ਜਿੱਤ ਸਕਦਾ ਹਾਂ ਤੇ ਉਹਨਾਂ ਦੇ ਬੰਬੇ ਹਾਈ ਕੋਰਟ ਜਾਂ ਬੰਬੇ ਕੋਰਟ ਦੇ ਵਿੱਚ ਜਾਂ ਸੈਸ਼ਨ ਕੋਰਟ ਦੇ ਵਿੱਚ ਕਿਤੇ ਵੀ ਮੇਰਾ ਕੇਸ ਪੈਂਦਾ ਹੈ ਜਾਂ ਕਿਤੇ ਵੀ ਉਹ ਪਾਉਂਦੇ ਨੇ ਤੇ ਉਹ ਡੈਫਰਮੇਸ਼ਨ ਦਾ ਵੀ ਪਾ ਡੈਫਰਮੇਸ਼ਨ ਹੁੰਦੀ ਪਤਾ ਨਹੀਂ ਕਿਆ ਹੁੰਦਾ ਜੇ ਮੈਂ ਉਹਦੀ ਪ੍ਰੋਮੋਸ਼ਨ ਨਾ ਕਰਾਂ ਵੀ ਉਹ ਜਿੰਨੇ ਦੀ ਫਿਲਮ ਹੈ ਉਹਨੇ ਦੇ ਉਹਨੇ ਪੈਸੇ ਮੇ ਜਾਂ ਜਿੰਨੇ ਗਾਂਲੀਆਂ ਫਿਲਮਾਂ ਦੇ ਵੀ ਕੀਤੇ ਨੇ ਜਿਹੜੇ ਕੌਂਟਰੈਕਟ ਕੀਤੇ ਨੇ ਉਹ ਨਹੀਂ ਬ੍ਰੀਚ ਹੋ ਸਕਦੇ ਭਾਜੀ ਉਹ ਸਾਨੂੰ ਸਿਰੇ ਤੋੜਨ ਪਾਉਣੇ ਪੈਣਗੇ ਹਾਂ ਉਹਦੇ ਚ ਅਸੀਂ ਜਿੰਨਾ ਉਹਨਾਂ ਨੂੰ ਅਵੋਇਡ ਕਰ ਸਕਦੇ ਆਂ ਵੀ ਉਹਨਾਂ ਨੂੰ ਅਸੀਂ ਟੈਗ ਨਾ ਕਰੀਏ ਫਿਲਮਾਂ ਦੇ ਵਿੱਚ ਜਾਂ ਮਤਲਬ ਲੋਕ ਕਰ ਸਕਦੇ ਨੇ ਵੀ ਤੁਸੀਂ ਨਾ ਜਾਓ ਦੇਖਣ ਅਸੀਂ ਮਤਲਬ ਸਾਨੂੰ ਆਪਣਾ ਕੰਮ ਜਿਹੜਾ ਦੂਜਾ ਹੈ ਮਤਲਬ ਉਹਦੇ ਵਾਲਾ ਪ੍ਰੋਮੋਸ਼ਨ ਜਿੰਨੀਆਂ ਸਾਡੀਆਂ ਲਿਖੀਆਂ ਗਈਆਂ ਨੇ ਕੌਂਟਰੈਕਟ 'ਚ ਉਹਨੀਆਂ ਨੇ ਕਿੰਨੇ ਸ਼ੇਅਰ ਸਾਡੇ ਕਿਤੇ ਲਿਖੇ ਜਾਣੇ ਨੇ ਉਹ ਇੱਕ ਇੱਕ ਚੀਜ਼ ਲਿਖੀ ਜਾਂਦੀ ਹੈ ਜੀ ਉਹ ਇੱਕ ਇੱਕ ਚੀਜ਼ 30 ਤੋਂ 35 ਪੇਜਾਂ ਦਾ 40 ਪੇਜਾਂ ਦਾ ਕੰਟਰੈਕਟ ਹੁੰਦਾ ਜੀ ਉਹ ਇੱਕ ਇੱਕ ਚੀਜ਼ ਲਿਖੀ ਜਾਂਦੀ ਹੈ ਵੀ ਇੰਨੀਆਂ ਪੋਸਟਾਂ ਤੁਸੀਂ ਪਾਉਣੀਆਂ ਨੇ ਇੰਨੇ ਪੋਸਟਰਾਂ ਦੀਆਂ ਪੋਸਟਾਂ ਤੁਸੀਂ ਪਾਉਣੀਆਂ ਇੰਨੇ ਗੀਤਾਂ ਦੀਆਂ ਪੋਸਟਾਂ ਤੁਸੀਂ ਪਾਉਣੀਆਂ ਇੰਨੇ ਡਾਇਲੌਗ ਪ੍ਰੋਮੋਸ਼ਨਾਂ ਤੁਸੀਂ ਪੋਸਟਾਂ ਪਾਉਣੀਆਂ ਉਹ ਹਰ ਚੀਜ਼ ਹੈ ਹਾਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਵੀ ਅਸੀਂ ਟੈਗ ਟੂ ਕਰਨ ਵਾਲੇ ਉਹ ਅਸੀਂ ਵਰਡ ਕਰਦੇ ਹਾਂ ਵੀ ਉਹ ਨਹੀਂ ਅਸੀਂ ਕਰਦੇ ਤੁਸੀਂ ਰੋਕ ਨਹੀਂ ਸਕਦੇ ਸੀ ਚਾਹੇ ਵੀ ਚੀਜ਼ਾਂ ਨੂੰ ਰੋਕ ਨਹੀਂ ਸਕਦੇ ਸੀ ਕਿਉਂਕਿ ਤੁਹਾਡੇ ਕੰਟਰੈਕਟ ਹੀ ਇੰਨੇ ਜ਼ਿਆਦਾ ਹੈ ਹਾਂ ਜੀ ਮਤਲਬ ਉਹਦਾ ਕੰਟਰੈਕਟ ਤਾਂ ਹੈਵੀ ਹੁੰਦੇ ਨੇ ਨਾ ਜੀ ਭ ਤੁਹਾਡਾ ਜੋ ਬਾਲੀਵੁੱਡ ਦੇ ਸਟਾਰਸ ਨੇ ਸੈਲੀਬ੍ਰਿਟੀ ਨੇ ਉਹਨਾਂ ਦੇ ਨਾਲ ਤੁਹਾਡੇ ਪਿਛਲੇ ਹਾਲ ਹੀ ਦਿਨ ਦੇ ਵਿੱਚ ਬੁਝ ਰਿਲੀਜ਼ ਹੋਈ ਅਜੇ ਦੇ ਅਫਗਾਨ ਨਾਲ ਤੁਸੀਂ ਕੰਮ ਕੀਤਾ ਜਾਂ ਫਿਰ ਗੀਤ ਦੇ ਵਿੱਚ ਅਕਸ਼ੇ ਕੁਮਾਰ ਦੇ ਨਾਲ ਕੰਮ ਕੀਤਾ ਕਿਤੇ ਨ ਕਿਤੇ ਜਿਹੜੇ ਪੰਜਾਬ ਦੇ ਲੋਕ ਹੈ ਜੋ ਕ੍ਰਿਟਿਕ ਹੈਗੇ ਸਾਰੇ ਪੰਜਾਬ ਦੇ ਲੋਕ ਨਹੀਂ ਮੈਂ ਕਹਿੰਦਾ ਕੁਝ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕ੍ਰਿਟਿਕ ਹੈਗੇ ਨੇ ਉਹ ਆਬਜੈਕਸ਼ਨ ਜਤਾ ਰਹੇ ਨੇ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਬਾਰੇ ਕਿਸਾਨਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਸੀ ਉਹਨਾਂ ਦੇ ਨਾਲ ਨੇੜਤਾ ਕਿਉਂ ਦੇਖੋ ਜੀ ਮੈਂ ਇਹ ਮਸਲਾ ਕਿਦਨ ਹੋਇਆ ਜੀ ਏ ਜੀ 2 ਫਰਵਰੀ 2021 ਨੂੰ ਰਿਹਾਨਾ ਦਾ ਟਵੀਟ ਆਉਂਦਾ ਹੈ ਸ਼ਾਇਦ ਤੁਹਾਡੀ ਨੋਲੇਜ ਹੋਵੇ ਰਿਹਾਨਾ ਮਤਲਬ ਮੇਨ ਸਟ੍ਰੀਮ ਦੇ ਆਰਟਿਸਟ ਹੈ ਬਾਦ ਬਾਲੀਵੁੱਡ ਤੇ ਪੰਜਾਬ ਦੇ ਨੇ ਜਿੱਦ ਦਿਨ ਉਦੋਂ ਆਪਣਾ ਮਸਲਾ ਹੋਇਆ ਉਦੋਂ ਅਗਲੇ ਦਿਨ 3 ਤਰੀਕ ਨੂੰ ਆਪਣਾ ਮਸਲਾ ਹੋਇਆ ਬੀਸਿਕਲੀ ਬਾਲੀਵੁੱਡ ਦੇ ਨਾਲ 3 ਤਰੀਕ ਨੂੰ ਕੱਲੇ ਬਾਲੀਵੁੱਡ ਨਾਲ ਨਹੀਂ ਕ੍ਰਿਕਟਰ ਵੀ ਇਨਵੋਲ ਸੀਗੇ ਇਸ ਚੀਜ਼ ਦੇ ਵਿੱਚ ਹੋਰ ਵੀ ਕਿੰਨੇ ਮਤਲਬ ਨੇਤਾ ਵੀ ਇਨਵੋਲ ਸੀਗੇ ਪੋਲਿਟਿਕਲ ਪਾਰਟੀਆਂ ਵੀ ਇਨਵੋਲ ਸੀਗੀਆਂ ਤੇ ਉਸ ਦਿਨ ਬਾਈਕਾਟ ਹੋਣਾ ਸ਼ੁਰੂ ਹੋਇਆ ਉਸ ਦਿਨ ਤੋਂ ਬਾਅਦ ਜੇ ਮੈਂ ਕੁਝ ਵੀ ਉਹਨਾਂ ਨਾਲ ਕੀਤਾ ਹੋਵੇ ਜੀ ਮੇਰਾ ਸਿਰ ਤਾਂ ਡੀਆਂ ਜੁੱਤੀਆਂ ਯਾਨੀ ਕਿ ਉਸ ਤੋਂ ਬਾਅਦ ਹੀ ਜੋ ਉਸ ਤੋਂ ਪਹਿਲਾਂ ਹੀ ਜੋ ਹੋਇਆ ਜੋ ਹੋਇਆ ਉਹ ਤੋਂ ਪਹਿਲਾਂ ਵਾਲੇ ਤੋਂ ਵੀ ਧਰਨੇ ਤੋਂ ਵੀ ਜਿਹੜੀਆਂ ਚੀਜ਼ਾਂ ਪਾਜੀ ਪਹਿਲਾਂ ਦੀਆਂ ਹੋਈਆਂ ਹੋਈਆਂ ਨੇ ਉਹ ਨਹੀਂ ਧਰਨਾ ਸ਼ੁਰੂ ਹੁੰਦੇ ਵੀ ਮੈਂ ਕੁਝ ਨਹੀਂ ਫੜਿਆ ਉਹਨਾਂ ਨਾਲ ਕੋਈ ਵੀ ਕੰਮ ਨਹੀਂ ਫੜਿਆ ਪਰ ਜਿਹੜੇ ਕੰਟਰੈਕਟ ਜਿਹੜੀਆਂ ਫਿਲਮਾਂ ਸਾਡੀਆਂ ਚੱਲਦੀਆਂ ਆਉਂਦੀਆਂ ਸੀਗੀਆਂ ਉਹੀ ਪਾਜੀ ਅੱਜ ਰਿਲੀਜ਼ ਹੋ ਰਹੀਆਂ ਨੇ ਸੈਕੰਡ ਵੇਵ ਆਈ ਅੱਜ ਤੋਂ ਬਾਈ 6 ਮਹੀਨੇ ਪਹਿਲਾਂ ਕਈ ਫਿਲਮਾਂ ਰਿਲੀਜ਼ ਹੋ ਜਾਣੀਆਂ ਸੀਗੀਆਂ ਪਵਾੜਾ ਵੀ ਉਦੋਂ ਰਿਲੀਜ਼ ਹੋ ਜਾਣੀ ਸੀ ਹੁਣ ਨਹੀਂ ਸੀ ਆਉਣੀ ਬੋਝ ਵੀ ਉਦੋਂ ਸਿਨੇਮੇ 'ਚ ਲੱਗਣੀ ਸੀ ਬਾਅਦ ਚੂਟੀ ਟੀ ਤੇ ਆਈ ਹੈ ਉਸ ਤੋਂ ਬਾਅਦ ਸੈਕੰਡ ਵੇਵ ਆਈ ਮਹਾਮਾਰੀ ਨੇ ਮਤਲਬ ਬਹੁਤ ਹੀ ਬੁਰਾ ਹਾਲ ਹੋ ਗਿਆ ਸੀ ਇੰਗਲੈਂਡ ਸੀਗੇ ਮੈਰਿਜ ਦੀ ਉਸ ਤਾਂ ਅਸੀਂ ਇੰਗਲੈਂਡ ਰਹਿ ਹੀ ਪਏ ਵੀ ਮਤਲਬ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉਹ ਮਤਲਬ ਉਹ ਸਸਕਾਰ ਕਰਨ ਨੂੰ ਥਾਂ ਨਹੀਂ ਲੱਭੀ ਜਾਂਦਾ ਭਾਰਕਾਂ ਦੇ ਵਿੱਚ ਸਸਕਾਰ ਹੋਏ ਤਾਂ ਅਸੀਂ ਉੱਥੇ ਕੱਪ ਦੀ ਫਿਲਮ ਅਸੀਂ ਹੋਰ ਵੈੱਡ ਲਈ ਵੀ ਅਸੀਂ ਚੱਲ ਹਫ਼ਤੇ 10 ਦਿਨਾਂ ਤੱਕ ਨਵੀਂ ਫਿਲਮ ਸ਼ੁਰੂ ਕਰ ਲਾਂਗੇ ਸ਼ੇਰ ਬੱਗਾ ਸੀ ਉੱਥੇ ਨਵੀਂ ਫਿਲਮ ਕਰਕੇ ਆਏ ਇੰਗਲੈਂਡ ਅਸੀਂ ਪਹਿਲਾਂ ਕਿਸਮਤ ਦਾਦਾ ਬਾਟ ਸ਼ੂਟ ਕਰਨ ਗਏ ਸੀ ਤੇ ਉਸ ਤੋਂ ਪਹਿਲਾਂ ਮੈਂ ਹੌਨ ਨੀ ਮੜਦਿਆਰ ਕਰਕੇ ਆਇਆ ਸੀ ਮਤਲਬ ਮੇਰੇ 6 ਕੁ ਮਹੀਨੇ ਲੱਗ ਗਏ ਮਤਲਬ ਉਦੋਂ ਵੀ ਪਹਿਲਾਂ ਦੀਆਂ ਚੀਜ਼ਾਂ ਹੋਈਆਂ ਹੋਈਆਂ ਨੇ ਤੇ ਆ 3 ਫਰਵਰੀ ਨੂੰ ਮਤਲਬ ਬਾਈਕਾਟ ਹੁੰਦਾ ਹਰੇਕ ਚੀਜ਼ ਦਾ ਕ੍ਰਿਕਟਰਸ ਦਾ ਹੁੰਦਾ ਹੈ ਜਾਂ ਮਤਲਬ ਬਾਲੀਵੁੱਡ ਦੇ ਆਰਟਿਸਟਾਂ ਦਾ ਹੁੰਦਾ ਉਦੋਂ ਬਾਅਦ ਮੈਂ ਕੁਝ ਕੀਤਾ ਵੀ ਉਹਨਾਂ ਨਾਲ ਹੁਣ ਅੱਜ ਕਪਿਲ ਸ਼ਰਮੇ ਦਾ ਸ਼ੋਅ ਹੈ ਭਾਜੀ ਮੀਆਂ ਬੁੱਝ ਦੀ ਪ੍ਰੋਮੋਸ਼ਨ ਹੈ ਜਾਂ ਕਿਸਮਤ ਦੀ ਪ੍ਰੋਮੋਸ਼ਨ ਹੈ ਕਿਸਮਤ ਦੇ ਗਾਣੇ ਨੇ ਕਿਸਮਤ ਦੀ ਫਿਲਮ ਦਾ ਕੰਮ ਹੈ ਵੱਡਾ ਦਾ ਕੰਮ ਹੈ ਸਾਰਾ ਭਾਜੀ ਪੁਰਾਣਾ ਬੜੇ ਹੈਵੀ ਵਰਡ ਯੂਜ਼ ਕੀਤੇ ਗਏ ਤੁਹਾਡੇ ਲਈ ਸੋਸ਼ਲ ਮੀਡੀਆ ਤੇ ਗद्दार ਕੋਈ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਇਨੇ ਕ੍ਰਿਟਿਸਿਜ਼ਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਕ੍ਰਿਟਿਸਿਜ਼ਮ ਜਾਂ ਹੈਲਦੀ ਕ੍ਰਿਟਿਸਿਜ਼ਮ ਚ ਫਰਕ ਕੀ ਮੰਨਦੇ ਭਾਜੀ ਮੈਂ ਗਲਤ ਹੁੰਦਾ ਜੀ ਮੈਂ ਪਹਿਲੇ ਦਿਨ ਮਾਫੀ ਮੰਗ ਜਾਂਦਾ ਜੇ ਮੈਂ ਗਲਤ ਹੁੰਦਾ ਨਾ ਪਹਿਲੇ ਦਿਨ ਮਾਫੀ ਮੰਗ ਜਾਂਦਾ ਤੇ ਆਪਣੇ ਪੰਜਾਬੀ ਮਤਲਬ ਬਹੁਤ ਵੱਡੇ ਦਿਲ ਦੇ ਆ ਉਹਨਾਂ ਨੇ ਜੇ ਮੈਂ ਉਸ ਦਿਨ ਕਹਿ ਦਿੰਦਾ ਵੀ ਮੇਰੀ ਗਲਤੀ ਹੈ ਜੀ ਮੈਨੂੰ ਮਾਫ ਕਰ ਦਿਓ ਉਦੋਂ ਕੰਮ ਖਤਮ ਹੋ ਜਾਣਾ ਸੀਗਾ ਪਰ ਜਦੋਂ ਤੁਸੀਂ ਕਿਸੇ ਬੰਦੇ ਨੇ ਗਲਤੀ ਕੀਤੀ ਨਹੀਂ ਜਦੋਂ ਕਿਸੇ ਬੰਦੇ ਨੇ ਗਲਤੀ ਕੀਤੀ ਨਹੀਂ ਜੀ ਤੇ ਫਿਰ ਮੈਂ ਉਹ ਗੱਲ ਨੂੰ ਮਤਲਬ ਉਸ ਚੀਜ਼ ਹਾਂ ਉਸ ਤੋਂ ਬਾਅਦ ਜਿਹੜੇ ਮੈਨੂੰ ਪਿਆਰ ਕਰਦੇ ਹੈ ਜਿਨ੍ਹਾਂ ਜਿਹਨਾਂ ਦੇ ਦਿਲਾਂ 'ਚ ਮੈਂ ਵੱਸਦਾ ਉਹ ਮੇਰੀ ਮਤਲਬ ਆ ਫਾਲਸ ਇਨਫੋਰਮੇਸ਼ਨ ਨਾਲ ਹੀ ਕਿਸੇ ਨੇ ਇਨਫੋਰਮੇਸ਼ਨ ਜਿਹੜੀ ਫਲਾਈ ਆ ਉਹਦੇ ਨਾਲ ਤੁਹਾਡਾ ਮਤਲਬ ਦਿਲ ਦੁਖਿਆ ਹੋਵੇ ਤੁਸੀਂ ਹਰਟ ਹੋਏ ਹੋ ਮੈਂ ਵਲੁੰਧਰੇ ਗਏ ਹਾਂ ਉਹ ਉਸ ਚੀਜ਼ ਨਾਲ ਮਤਲਬ ਕਿਸੇ ਦੀ ਫਾਲਸ ਇਨਫੋਰਮੇਸ਼ਨ ਨਾਲ ਕਿਉਂਕਿ ਉਸ ਚੀਜ਼ ਵੀ ਮੈਂ ਇਨਵੋਲਵ ਹੈ ਨਾ ਇਹ ਮੇਰੇ ਕਰਕੇ ਲੋਕਾਂ ਦਾ ਦਿਲ ਦੁਖਿਆ ਮੈਂ ਇਨਵੋਲਵ ਹਾਂ ਉਸ ਚੀਜ਼ ਚ ਪਰ ਹੋਇਆ ਕਿਸੇ ਹੋਰ ਵਜਾ ਕਿਸੇ ਹੋਰ ਬੰਦੇ ਦੇ ਰੀਜ਼ਨ ਕਰਕੇ ਉਹਦੇ ਲਈ ਮੈਂ ਮਾਫੀ ਮੰਗਦਾ ਵੀ ਮੇਰੇ ਕਰਕੇ ਤੁਸੀਂ ਹਰਟ ਹੋਏ ਹੋ ਪਰ ਮੇਰੀ ਗਲਤੀ ਨਹੀਂ ਜੀ ਮੈਂ ਗਲਤ ਕੰਮ ਕੋਈ ਵੀ ਨਹੀਂ ਕੀਤਾ ਜੀ ਅਜਗਦੀਪ ਭਾਈ ਇਹਨਾਂ ਨਾਲ ਗੱਲ ਗੱਲਬਾਤ ਕਰਦੇ ਆਂ ਕਾਫੀ ਫਿਲਮਾਂ ਤੁਸੀਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਕਾਫੀ achchiyan ਫਿਲਮਾਂ ਦਿੱਤੀਆਂ ਤੁਸੀਂ ਇਹਨਾਂ ਕ੍ਰਿਟਿਸਿਜ਼ਮ ਹੋਣਾ ਇਹਨਾਂ ਵਾਸਤੇ ਬਹੁਤ ਸਾਰੇ ਜਿਹੜੇ ਹੈਵੀ ਵਰਡ ਯੂਜ਼ ਕੀਤੇ ਗਏ ਜਿਵੇਂ ਪਹਿਲਾਂ ਯੂਜ਼ ਕੀਤਾ ਦੱਸਿਆ ਕਿਵੇਂ ਦੇਖ ਦਿਆਂ ਇਸ ਤਰੀਕੇ ਨਾਲ ਜੋ ਕ੍ਰਿਟਿਸਿਜ਼ਮ ਹੋ ਰਿਹਾ ਕਿਸਾਨ ਵਿਰੋਧੀ ਦੱਸਿਆ ਜਾ ਰਿਹਾ ਕਿਤੇ ਬਾਲੀਵੁੱਡ ਨਾਲ ਕਨੈਕਸ਼ਨ ਦੱਸੇ ਜਾ ਰਿਹਾ ਇਸ ਤਰ੍ਹਾਂ ਦੇ ਭਾਈ ਉਹੀ ਜਿਹੜੀ ਗੱਲ ਹੈ ਕਿ ਇੱਕ ਆ ਬਾਰ ਬਾਰ ਇਹ ਕਿਥੀ ਜਾ ਰਹੀ ਹੈ ਕਿ ਐਮੀ ਵਰਕ ਕਿਉਂ ਹੈ ਨਾ ਬਾਕੀ ਲੋਕ ਕਿਉਂ ਨਹੀਂ ਤਾਂ ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਹੈ ਕਿ ਜੋ ਇਹ ਟਾਈਮ ਪੀਰੀਅਡ ਚੱਲ ਰਿਹਾ ਹੈ ਹਰ ਇੱਕ ਬੰਦੇ ਦੇ ਕੈਰੀਅਰ 'ਚ ਇੱਕ ਬੂਮ ਪੀਰੀਅਡ ਹੁੰਦਾ ਹੈ ਨਾ ਤਾਂ ਇਹ ਗੱਲ ਕਿਸੇ ਤੋਂ ਨਹੀਂ ਲੁਕੀ ਕਿ ਆ ਜਿਹੜਾ 2-3 ਸਾਲ ਆਇਆ ਇਹਨਾਂ 'ਚ ਪੰਜਾਬੀ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਕੋਈ ਬੰਦਾ ਫਿਲਮਾਂ 'ਚ ਕੰਮ ਕਰ ਰਿਹਾ ਹੈ ਤਾਂ ਐਮੀ ਵਰਕ ਹੈ ਸਭ ਨੰਬਰ ਆਫ ਫਿਲਮਸ ਇਹਦੇ ਕੋਲੇ ਜ਼ਿਆਦਾ ਹੈ ਨਾ ਬਟ ਉਹਦੇ ਦੂਜੇ ਪਾਸੇ ਤੁਸੀਂ ਦੇਖੋ ਤਾਂ ਐਮੀ ਕੋਈ ਸ਼ੋ ਨਹੀਂ ਕਰ ਰਿਹਾ ਰਣਜੀਤ ਬਾਵਾ ਬਾਈ ਹੋ ਗਿਆ ਕੁਲਵਿੰਦਰ ਬਿੱਲਾ ਬਾਈ ਹੋ ਗਿਆ ਗੁਰਨਾਮ ਪੁੱਲਰ ਬਾਈ ਹੋ ਗਿਆ ਇਹ ਸ਼ੋਅ ਕਰ ਰਹੇ ਇੱਕ ਵਰਗ ਹੁੰਦਾ ਜਿਵੇਂ ਕਿਪੀ ਬਾਈ ਹੋ ਗਿਆ ਦਿਲਜੀਤ ਬਾਈ ਅਮਨਿੰਦਰ ਬਾਈ ਇਹ ਸੀਨੀਅਰ ਹੈ ਹਨਾ ਇਹਨਾਂ ਨੇ ਆਪਦੇ ਟਾਈਮ ਚ ਬਹੁਤ ਕੰਮ ਕੀਤਾ ਹੁਣ ਉਹ ਸਿਲੈਕਟਡ ਕੰਮ ਕਰਦੇ ਸੋ ਕੁਦਰਤੀ ਉਧਰੋਂ ਐਮੀ ਦਾ ਇਹ ਦੌਰ ਸੀ ਨੰਬਰ ਆਫ ਫਿਲਮਸ ਜ਼ਿਆਦਾ ਸੀਗੀਆਂ ਤੇ ਐਮੀ ਹੀ ਫਸ ਗਿਆ ਜੈਲਸੀ ਫੈਕਟਰ ਕਿਤੇ ਮਤਲਬ ਹਾਂ ਉਹ ਚੀਜ਼ਾਂ ਆ ਜਾਂਦੀਆਂ ਹੁਣ ਜੇ ਇਹ ਚੀਜ਼ 2 ਸਾਲ ਪਹਿਲਾਂ ਹੋ ਜਾਂਦੀ ਤੇ ਦਿਲਜੀਤ ਬਾਈ ਜਦੋਂ ਬਾਲੀਵੁੱਡ ਗਿਆ ਸੀਗਾ ਤਾਂ ਫਿਰ ਬਾਈ ਨੂੰ ਘੜੀਸਣਾ ਸੀਗਾ ਹਨਾ ਉਹ ਪਹਿਲਾਂ ਨਿਕਲ ਗਏ ਹੁਣ ਐਮਈ ਦੀ ਵਾਰੀ ਸੀਗੀ ਜਾਂ ਐਮਈ ਤੋਂ ਪਹਿਲਾਂ ਜੱਸੀ ਬਾਈ ਕਰਕੇ ਆਇਆ ਉਧਰ ਫਿਲਮਾਂ ਉਦੋਂ ਉਹ ਨਿਕਲ ਗੀਆਂ ਜਦੋਂ ਇਹਦੀਆਂ ਆਉਣੀਆਂ ਸੀ ਤਾਂ ਉਦੋਂ ਕੁਦਰਤੀ ਇਹ ਸਿਚੁਏਸ਼ਨ ਐਸੀ ਬਣ ਗਈ ਬਟ ਅਗੇਨ ਵਾਰ-ਵਾਰ ਉਹੀ ਗੱਲ ਹੈ ਕਿ ਆਪਾਂ ਨਵੰਬਰ ਚ ਆਪਾਂ ਦਿੱਲੀ ਗਏ ਆ ਨਵੰਬਰ ਤੋਂ ਗੋਦੀ ਮੀਡੀਆ ਨਾਲ ਸਾਡੇ ਆ ਸਾਡੇ ਖਿਲਾਫ ਉਹਨਾਂ ਨੇ ਗਲਤ ਬੋਲਿਆ ਸਾਡੀ ਕਿਸਾਨੀ ਲਈ ਗਲਤ ਬੋਲਿਆ ਸਾਡੇ ਪੰਜਾਬ ਲਈ ਗਲਤ ਬੋਲਿਆ ਉਦੋਂ ਬਾਅਦ ਦਾ ਕੋਈ ਵੀ ਅਸੀਂ ਕੰਮ ਕਰਦੇ ਆ ਐਮਈ ਨੇ ਵੀ ਕੋਈ ਵੀ ਕੰਮ ਕੀਤਾ ਤਾਂ ਆਪਾਂ ਉਸ ਚੀਜ਼ ਤੇ ਕਹਿ ਸਕਦੇ ਆ ਹਨਾ ਪਰ ਜਿਹੜੀਆਂ ਚੀਜ਼ਾਂ ਪਹਿਲਾਂ ਹੋ ਗਈਆਂ ਉਹ ਹੁਣ ਨਿਕਲ ਕੇ ਆ ਰਹੀਆਂ ਔਰ ਇਹ ਵੀ ਜੇ ਕਰੋਨਾ ਨਾ ਹੁੰਦਾ ਤਾਂ ਸ਼ਾਇਦ ਇਹਦੀ ਨੋਬਤ ਵੀ ਨਾ ਹੁੰਦੀ ਸੋ ਕਿਤੇ ਨਾ ਕਿਤੇ ਇੱਕ ਆਰਟਿਸਟ ਇੱਕ ਬੰਦਾ ਹਰਟ ਹੁੰਦਾ ਔਰ ਜਿਹੜਾ ਦਿਲੋਂ ਜੁੜਿਆ ਹੋਵੇ ਉਹ ਤਾਂ ਥੋੜਾ ਜ਼ਿਆਦਾ ਹੁੰਦਾ ਅਮੇ ਭਾਈ ਪਰਸਨਲ ਲਾਈਫ ਵੀ ਹਰਟ ਹੋ ਗਈ ਹੋਣੀ ਆ ਤੁਹਾਡੀ ਤਾਂ ਬਹੁਤ ਹਾਂ ਜੀ ਭਾਈ ਮਤਲਬ ਮਾਂ ਪਿਓ ਮਤਲਬ ਬਹੁਤ ਇਮੋਸ਼ਨਲ ਨੇ ਇਸ ਚੀਜ਼ ਨੂੰ ਲੈ ਕੇ ਵੀ ਪੁੱਤੂ ਗਲਤੀ ਵੀ ਨਹੀਂ ਕੀਤੀ ਤਾਂ ਵੀ ਤੈਨੂੰ ਲੋਕ ਗਾਲਾਂ ਕੱਢਦੇ ਆ ਤੇ ਕਿਉਂਕਿ ਚਲੋ ਪੜ ਲੈਂਦੇ ਆ ਕਮੈਂਟ ਵੀ ਪੜਦੇ ਆ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਵੀ ਦੇਖਦੇ ਹੋਣਗੇ ਜਾਂ ਲੋਕ ਗਲਤ ਬੋਲਦੇ ਨੇ ਇੰਟਰਵਿਊਜ਼ ਦੇਖੇ ਹੋਣਗੇ ਉਹਨਾਂ ਨੇ ਤੇ ਪੁੱਤਲੇ ਫੋਦਿਆ ਕੋਈ ਮੈਂ ਕੋਈ ਠਾ ਕੋਈ ਗਨਾਹ ਤਾਂ ਕੀਤਾ ਨਹੀਂਗਾ ਜੀ ਮੈਂ ਕੋਈ ਗद्दार ਨਹੀਂਗਾ ਬਾਪੇ ਨਾਲ ਫੋਟੋ ਲੱਗ ਰਹੀ ਹੈ ਜੀ ਕਹਿੰਦੇ ਵੀ 2019 ਦੇ ਵਿੱਚ ਫਿਲਮ ਆਈ ਸੀ ਐਮੀ ਵਰਕ ਨੂੰ ਫਿਲਮ ਮਿਲੀ ਜੀ ਤੇ ਐਮੀ ਉਹਨੇ ਰਣਜੀਤ ਬਾਵਾ ਨੂੰ ਫਿਲਮ ਮਿਲੀ ਜੀ ਉਹਨੇ ਮਨਾ ਕਰਤੀ ਤੇ ਐਮੀ ਨੇ ਧੂਨੇ ਪੈਸੇ ਨਾਲ ਸਾਈਨ ਕਰ ਲਈ ਤੇ ਉਹ ਫਿਲਮ ਕਰ ਲਈ ਐਮੀ ਨੇ ਜਦ ਤੱਕ ਕੁਝ ਹੋਰ ਵੀ ਨੈਕਸਟ ਆਉਣਾ ਹੈ ਹਾਂ ਉਹ ਨਹੀਂ ਹੋ ਰਿਹਾ ਤਾਂ ਆਪਾਂ ਕਰਦੇ ਆਂ ਅਗਲਾ ਤੇ ਕਹਿੰਦੇ ਜੀ ਤੇ 2019 ਚ ਬਾਵਾ ਨੂੰ ਪਤਾ ਸੀਗਾ जिन्ने पोस्टर बनाया बावनर गल हुई है उन्होंने मतलब क्लेरिफिकेशन दीती है बावन ने कह भी ਦਿੱਤਾ ਪਈ ਇਹਦੀ ਕੋਈ ਗੱਲ ਨਹੀਂ ਜਿਨੇ ਪਾਈਆ ਬਣਾਇਆ ਜਿਨੇ पोस्टर ਬਣਾਇਆ ਸਟਾਰਟਿੰਗ ਦੇ ਵਿੱਚ ਜਿਨੇ ਚੀਜ਼ ਵਾਇਰਲ ਕੀਤੀ ਹੈ ਉਹਨੂੰ ਮਤਲਬ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਸੀ ਵੀ 2019 ਦੇ ਵਿੱਚ ਹੀ ਬਾਵੇਂ ਨੂੰ ਪਤਾ ਸੀਗਾ ਵੀ ਅਜੇ ਦੇ ਵਗਾਂ ਦਾ ਵਿਰੋਧ ਹੋਣਾ ਗਾਂ ਜਾ ਕੇ ਜਾਂ ਬਾਲੀਵੁੱਡ ਦਾ ਵਿਰੋਧ ਹੋਣਾ ਉਹ ਤਾਂ ਮਤਲਬ ਦਾ ਬੀਜਪੀ ਦੇ ਮੰਚ 'ਤੇ ਵੀ ਨਹੀਂ ਹੋਣਾ ਪਈ ਤਿੰਨ ਬਿੱਲ ਬਣਾਉਣੇ ਆ ਕਿ ਜਿਹੜੀ ਇਨਫੋਰਮੇਸ਼ਨ ਆ ਤੁਸੀਂ ਘਟੋ ਘਟੋ ਦੇ ਮਤਲਬ ਕੋਈ ਤਰਕ ਤੇ ਹੋਵੇ ਉਹਦਾ ਤੂੰ 2020 ਲੇਖ ਹੋ ਦੇ ਜ 2022 ਲੇਖ ਜੇ ਉਹ ਬੁਝ ਫਿਲਮ ਦੀ ਗੱਲ ਕਰਦਾ ਜੇ ਕਿਸੇ ਹੋਰ ਫਿਲਮ ਦੀ ਗੱਲ ਕਰਦਾ ਤਾਂ ਆਪਾਂ ਵੀ ਸਾਰੇ ਇੱਥੇ ਆ ਮੇਰੇ ਨਾਲ ਕਿਸੇ ਵੀ ਫਿਲਮ ਦੀ ਅਪਰੋਚ ਨਹੀਂ ਹੋਈ ਨਾ ਮੈਂ ਉਹਨਾਂ ਦੀ ਕੋਈ ਫਿਲਮ ਕੀਤੀ ਹੈ ਸਿਵਾਏ ਦੋ ਫਿਲਮਾਂ ਦੇ ਬੁਝ ਤੇ 83 ਦੋ ਹੀ ਫਿਲਮਾਂ ਮੈਂ ਕੀਤੀਆਂ ਤੇ ਦੋ ਹੀ ਮੇਰੀਆਂ ਅੱਗੇ ਆਉਣੀਆਂ ਮੇਰੀ ਹੋਰ ਕੋਈ ਵੀ ਫਿਲਮ ਸਾਈਨ ਨਹੀਂ ਹੋਈ ਕਿਸੇ ਨਾਲ ਤੇ ਕੋਈ ਵੀ ਫਿਲਮ ਮੇਰੀ ਸ਼ੂਟ ਨਹੀਂ ਹੋਈ ਪਈ ਤੇ ਬੁਝ ਦੀ ਗੱਲ ਕਰਦੇ ਬੁਝ ਦਾ 2019 ਦਾ ਸ਼ੂਟ ਚੱਲਦਾ ਮੈਨੂੰ ਉਹ ਤੋਂ ਪਤਾ ਸੀਗਾ ਵੀ ਅੱਗੇ ਜਾ ਆਬਵੀਅਸਲੀ ਤੇ ਦੂਜੀ ਗੱਲ ਨਹੀਂ ਕਰਨਾ ਜੀ ਉਹ ਤਾਂ ਆਪਾਂ ਨਹੀਂ ਕਰਨਾ ਤੇ ਦੂਜੀ ਗੱਲ ਯੋਧਾ ਤੇ ਗੱਦਾਰ ਰਣਜੀਤ ਬਾਵਾ ਵੀਰ ਸਾਡਾ ਯੋਧਾ ਹੈ ਮੇਰਾ ਭਰਾ ਹੈ ਉਹਨੇ ਕਲੈਰੀਫਿਕੇਸ਼ਨ ਵੀ ਦਿੱਤੀ ਹੋਰ ਵੀ ਪੰਜਾਬ ਦੇ ਕਿੰਨੇ ਕਲਾਕਾਰ ਨੇ ਜਿਹੜੇ ਮਤਲਬ ਹੱਕ 'ਚ ਖੜੀ ਜਾਂਦੇ ਆ ਮਤਲਬ ਮੈਂ ਉਹ ਮਤਲਬ ਆਪਾਂ ਬਾਵਾ ਵੀਰ ਯੋਧਾ ਹੈ ਮੈਂ ਮੰਨਦਾ ਪਰ ਮੇਰੀ ਕਲੈਰੀਫਿਕੇਸ਼ਨ ਹੈ ਵੀ ਮੈਂ ਗੱਦਾਰ ਨਹੀਂ ਆ ਮੈਂ ਗਦਾਰ ਨਹੀਂਗਾ ਵੀ ਮੇਰਾ ਕੰਮ ਜਿਹੜਾ ਪੁਰਾਣਾ ਹੋਇਆ ਹੋਇਆ ਉਹ ਹੁਣ ਚੱਕ-ਚੱਕ ਕੇ ਅੱਗੇ ਚੀਜ਼ਾਂ ਵਾਇਰਲ ਹੋ ਜਾਂਦੀਆਂ ਨੇ ਉਹ ਮੇਰੇ ਹੱਥ ਵਸ ਵੀ ਕੁਝ ਨਹੀਂ ਤੇ ਨਾ ਮੈਂ ਕਿਸ ਨੂੰ ਕਹਿ ਰਿਹਾ ਵੀ ਡਿਲੀਟ ਕਰੋ ਨਾ ਮੈਂ ਕਿਸ ਨੂੰ ਕਹਿ ਰਿਹਾ ਮੇਰੇ ਹੱਕ ਚ ਖੜੋ ਨਾ ਮੈਂ ਕਿਸ ਨੂੰ ਕਹਿ ਰਿਹਾ ਵੀ ਮੇਰੇ ਲਈ ਬੋਲੋ ਤੇ ਉਹ ਜਿੰਨੂੰ ਮੈਂ ਸੱਚਾ ਲੱਗਦਾ ਪੂਰੀ ਇੰਡਸਟਰੀ ਨੂੰ ਪਤਾ ਹੈ ਪੂਰੀ ਹਾਲਾਂਕਿ ਤੁਸੀਂ ਮਤਲਬ ਜੀ ਜਰਨਲਿਜ਼ਮ ਕਰਦੇ ਹੋ ਤੁਹਾਨੂੰ ਤੁਹਾਡੇ ਮਤਲਬ ਜਿਹੜੇ irdgir ਤੁਹਾਡੇ ਸੱਚੇ ਮਿੱਤਰ ਨੇ ਆ ਬੈਚਮੈਂਟ ਲਾ ਲਓ ਜਾਂ ਜਿੰਨੇ ਤੁਹਾਡੇ ਹੋਰ ਚੈਨਲਸ ਵਾਲੇ ਕਲੀਗਸ ਨੇ ਤੁਹਾਡੇ ਜਾਂ ਤੁਹਾਡੇ ਨਾਲ ਦੇ ਨੇ ਤੁਹਾਨੂੰ ਪਤਾ ਹੁੰਦਾ ਉਹਨਾਂ ਬਾਰੇ ਵੀ ਕਿਹੜੇ ਮੰਤਰੀ ਨਾਲ ਜਾ ਕੇ ਇੰਟਰਵਿਊ ਲਿਆ ਉਹ ਕਿਹੜੀ ਕੰਟਰੀ ਗਿਆ ਵਾ ਤੁਹਾਨੂੰ ਮਤਲਬ ਸਾਨੂੰ ਤੁਹਾਡੀ ਉਹਦੇ ਬਾਰੇ ਨਹੀਂ ਪਤਾ ਹੋਊਗਾ ਜਾਂ ਆਮ ਪਬਲਿਕ ਨੂੰ ਤੁਹਾਡੇ ਬਾਰੇ ਆਮ ਪਬਲਿਕ ਨੂੰ ਸਾਡੇ ਬਾਰੇ ਨਹੀਂ ਪਤਾ ਹੋਊਗਾ ਪਰ ਇੰਡਸਟਰੀ ਨੂੰ ਤਾਂ ਪਤਾ ਹੁੰਦਾ ਨਹੀਂ ਸੱਚ ਇੰਡਸਟਰੀ ਸਾਰਿਆਂ ਨੂੰ ਪਤਾ ਹੈ ਵੀ ਕਿਹੜੀ ਫਿਲਮ ਕਦੋਂ ਦੀ ਹੋਈ ਹੈ ਕਿਉਂਕਿ ਜਦੋਂ ਮਤਲਬ ਕੋਈ ਵੀ ਬੰਦਾ ਡਿਪਟੀ ਤੋਂ ਐਸਪੀ ਬਣਦਾ ਹਰ ਬੰਦੇ ਨੂੰ ਪਤਾ ਹੁੰਦਾ ਜੀ ਮਤਲਬ ਪੁਲਿਸ ਦੇ ਵਿੱਚ ਵੀ ਆ ਬੰਦਰੀ ਪ੍ਰੋਮੋਸ਼ਨ ਹੋਈ ਹੈ ਮੈਂ ਜਦੋਂ ਪੰਜਾਬ ਦੇ ਵਿੱਚੋਂ ਬਾਲੀਵੁੱਡ ਗਿਆ ਸੀ ਸਾਰੀ ਇੰਡਸਟਰੀ ਨੂੰ ਪਤਾ ਸੀ ਵੀ ਕਦੋਂ ਗਿਆ ਹੈ ਸਭ ਨੂੰ ਪਤਾ ਜੀ ਉਹਨਾਂ ਦੇ ਵਿੱਚੋਂ 5% 10% ਨੇ ਅੱਜ ਪਾਇਆ ਤਾਂ ਕੋਈ 5-10% ਨੇ ਕੱਲ ਪਾਇਆ ਸੀ ਜਿਹੜਾ ਕੋਈ ਰਹਿ ਗਿਆ ਮੇਰਾ ਵੀਰ ਮੈਂ ਉਮੀਦ ਕਰਦਾ ਹਾਂ ਵੀ ਅੱਜ ਸਵੇਰ ਦੇ ਵਿੱਚ ਉਹ ਕਲੈਰੀਫਿਕੇਸ਼ਨ ਸਾਰੇ ਸਾਰੇ ਇਹਨਾਂ ਨੂੰ ਦੇ ਦੇਣਗੇ ਬਾਕੀ ਜਿਹੜਾ ਕਿਸੇ ਦਾ ਜਿਵੇਂ ਚੱਲਦਾ ਜੀ ਸਿਰ ਮੱਤੇ ਕਿਉਂਕਿ ਮੇਰਾ ਜੀ ਕਿਸੇ ਨਾਲ ਵੀ ਕੋਈ ਕੰਪੀਟੀਸ਼ਨ ਨਹੀਂ ਨਾ ਮਤਲਬ ਇੰਡਸਟਰੀ ਦੇ ਵਿੱਚ ਤੇ ਨਾ ਹੀ ਕਿਸੇ ਨਾਲ ਹੋਰ ਤਰੀਕੇ ਨਾਲ ਤੇ ਨਾ ਹੀ ਮੇਰੇ ਜੀ ਕਿਸੇ ਨਾਲ ਮਤਲਬ ਕਿਸੇ ਵੀ ਤਰੀਕੇ ਦਾ ਰੌਲਾ ਤੇ ਬਾਕੀ ਰਹੀ ਗੱਲ ਜਿਹੜੀ ਦੂਜੀ ਮਤਲਬ ਕਿਸਾਨ ਵਿਰੋਧੀ ਤਾਂ ਮਤਲਬ ਉਹਨਾਂ ਦੀ ਸੰਗਠਨਾਾਂ ਦੀ ਜਾਂ ਚੈਨਲਸ ਲਾ ਲਓ ਨਾ ਅਸੀਂ ਵਾਜੀ ਉਹਨਾਂ ਨਾਲ ਕੰਮ ਕਰਨ ਬਾਰੇ ਹੁਣ ਸੋਚਿਆ ਤੇ ਨਾ ਹੀ ਅਸੀਂ ਗਾਂ ਕਰਨਾ ਜਿੰਨੇ ਵੀ ਸੋਰਸ ਲਾ ਲਓ ਜਾਂ ਸੰਗਠਨ ਲਾ ਲਓ ਚੈਨਲ ਲਾ ਲਓ ਕਾਰਪੋਰੇਟ ਲਾ ਲੋ ਮਤਲਬ ਜਿਹੜੇ ਪੰਜਾਬ ਦੇ ਖਿਲਾਫ ਨੇ ਜਾਂ ਕਿਸਾਨੀ ਦੇ ਖਿਲਾਫ ਨੇ ਬਟ ਜਿਹੜੀ ਚੀਜ਼ ਪਹਿਲਾਂ ਹੋਈ ਹੈ ਜੀ ਉਹ ਸਾਡੇ ਕੰਟਰੋਲ 'ਚ ਨਹੀਂ ਅੱਗੇ ਜਿੱਥੇ ਵੀ ਤੁਸੀ ਲੱਗਦਾ ਤੁਹਾਨੂੰ ਕੋਈ ਵੀ ਚੀਜ਼ ਅਸੀਂ ਉਹਨਾਂ ਨਾਲ ਕਰਦੇ ਆ ਤੁਸੀ ਸਾਨੂੰ ਜਦੋਂ ਮਰਜ਼ੀ ਆ ਕੇ ਫਟ ਸਕਦੇ ਹੋ ਤੁਸੀਂ ਕਿਸਾਨੀ ਦੇ ਵਿੱਚ ਵੀ ਕਾਫੀ ਜਿਹੜੀ ਸੇਵਾ ਵੀ ਪਹੁੰਚਾਉਦੇ ਰਹੇ ਆ ਅਸੀਂ ਵੀ ਦੇਖਦੇ ਰਹੇ ਆ ਕਿ ਜਦੋਂ ਤੋਂ ਸਿੰਘੂ ਦੇ ਉੱਤੇ ਸਮਾਨ ਵੀ ਬਹੁਤ ਸਾਰਾ ਭੇਜਦੇ ਸੀ ਅੱਜ ਇਸ ਤਰ੍ਹਾਂ ਦੀ ਕੰਡੀਸ਼ਨ ਹੋ ਗਈ ਆ ਕਿ ਲੋਕ ਇੱਕ ਵਾਰ ਫਿਰ ਤੋਂ ਜਾਣਨਾ ਚਾਹੁੰਦੇ ਥੋੜੇ ਮੂੰਹ ਤੋਂ ਸੁੰਨਣਾ ਚਾਹੁੰਦੇ ਆ ਕਾਫੀ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਵੀ ਚਰਚਾ ਕਰ ਰਹੇ ਕਿ ਕਿਸਾਨ ਬਿੱਲਾਂ ਬਾਰੇ ਸੈਂਟਰ ਸਰਕਾਰ ਬਾਰੇ ਤੁਸੀਂ ਅੱਜ ਕੀ ਸੋਚ ਜੋ ਰੱਦ ਹੋਣੇ ਚਾਹੀਦੇ ਜੀ ਤੇ ਸਾਰਿਆਂ ਦੇ ਮਤਲਬ ਦਿਲੋਂ ਵੀ ਆ ਦਿਲੋਂ ਅਰਦਾਸ ਆ ਇੱਕ ਕੁਐਸਚਨ ਖੜਾ ਹੋ ਰਿਹਾ ਅੱਜ ਅਸੀਂ ਤਾਂ ਰਿਕੁਐਸਟ ਕਰ ਰਹੇ ਹਾਂ ਜੀ ਸਰਕਾਰ ਨੂੰ ਰਿਕੁਐਸਟ ਕਰ ਰਹੇ ਹਾਂ ਕੋਈ ਅਸੀਂ ਲਲਕਾਰ ਕੇ ਨਹੀਂ ਕਹਿ ਰਹੇ ਕੁਝ ਨਹੀਂ ਕਰ ਰਹੇ ਮੈਂ ਬੇਨਤੀ ਕਰ ਰਹੇ ਹਾਂ ਜੀ ਕੋਈ ਵੀ ਮਤਲਬ ਸਰਕਾਰ ਦਾ ਬੰਦਾ ਸੋਹੰਦਾ ਜਾਂ ਕੋਈ ਵੀ ਨੁਮਾਇੰਦਾ ਸੋਹੰਦਾ ਜਿਹੜਾ ਉੱਥੇ ਤੱਕ ਗੱਲ ਪਚਾ ਸਕਦਾ ਮੇਰੀ ਬੇਨਤੀ ਹੈ ਜੀ ਸਾਰਿਆਂ ਨੂੰ ਪਿਆਰ ਨਾਲ ਹੀ ਇੱਕ ਵਾਰੀ ਰਿਕੁਐਸਟ ਕਰਦੇ ਪਏ ਹਾਂ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਐਸਨੈਸ ਪੋਸੀਬਲ ਜਿਹੜੇ ਬਿੱਲ ਨੇ ਰੱਦ ਕਰੇ ਜਾਣ ਤੇ ਸਾਡੀਆਂ ਜਿਹੜੇ ਜਥੇਬੰਦੀਆਂ ਨੇ ਉਹਨਾਂ ਨਾਲ ਦੀ ਭਾਈ ਇੱਕ ਸਵਾਲ ਤੁਹਾਡੇ ਲਈ ਫਿਲਮਾਂ ਤੇ ਕਿੰਦਾ ਅਸਰ ਹੈ ਕਿਉਂਕਿ ਹਾਲੀ ਦੇ ਵਿੱਚ ਬੁਝਰ ਰਿਲੀਜ਼ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਮਤ ਰਿਲੀਜ਼ ਹੋਣ ਵਾਲੀ ਆ ਜਾਂ ਪਵਾੜਾ ਹੁਣ ਰਿਲੀਜ਼ ਹੋਈ ਆ ਪਵਾੜਾ ਦੇ ਉੱਤੇ ਬੁਝ ਦੇ ਉੱਤੇ ਕੀ ਅਸਰ ਆ ਭਾਜੀ ਡੈਫੀਨੇਟਲੀ ਕਿਉਂਕਿ ਇੱਕ ਤਾਂ ਫਿਲਮਾਂ ਇੰਨਾ ਲੇਟ ਹੋਈਆਂ ਹਨਾ ਹਰੇਕ ਜਿਵੇਂ ਸਾਰੇ ਕਾਰੋਬਾਰਾਂ ਨੂੰ ਘਟਾ ਉਵੇਂ ਫਿਲਮਾਂ ਮਾਰ ਪਈਓ ਮਾਰ ਪਈਓ ਉਵੇਂ ਸਾਡੀ ਇੰਡਸਟਰੀ ਨੂੰ ਵੀ ਮਾਰ ਪਈ ਹਨਾ ਇੱਕ ਕੰਮ ਹੈ ਤੇ ਇਹ ਕੋਈ ਲੋਕਾਂ ਨੂੰ ਡੈਫੀਨੇਟਲੀ ਦਿਖਦਾ ਹੋਣਾ ਹੈ ਕਿ ਐਕਟਰ ਡਾਇਰੈਕਟਰ ਚਲੋ ਰਾਈਟਰ ਪਰ ਇੱਕ ਫਿਲਮ ਦੇ ਪਿੱਛੇ ਹਜ਼ਾਰਾਂ ਲੋਕਾਂ ਦਾ ਕੰਮ ਹੁੰਦਾ ਹੈ ਹਨਾ ਤਾਂ ਕਿੰਨੇ ਲੋਕ ਭੁੱਖੇ ਮਰਦੇ ਐ ਤਾਂ ਵੀ ਇਹ ਕੰਮ ਚੱਲਣਾ ਜਿੰਨੀ ਜ਼ਰੂਰੀ ਹੈ ਉਲਟਾ ਸਿਨੇਮੇ ਹਜੇ 50% ਖੁੱਲੇ ਐ ਕਿਤੇ ਖੁੱਲੇ ਨਹੀਂ ਐ ਤਾਂ ਆਲਰੇਡੀ ਸਾਡੇ ਕੋਲੇ ਅਸੀਂ ਸਿਰਫ ਲੋਕ ਪ੍ਰੋਡਿਊਸਰ ਇਹ ਸਰ ਮਤਲਬ ਤੁਸੀਂ ਕਹਿ ਲਓ ਕਿ ਇਸ ਸਿਚੁਏਸ਼ਨ ਤੇ ਹੈ ਕਿ ਯਾਰ ਥੋੜਾ ਬਹੁਤ ਘਾਟਾ ਹੋ ਕੇ ਵੀ ਜੇ ਮੇਰੇ ਪੈਸੇ ਆ ਜਾਂਦੇ ਹਨ ਤਾਂ ਮੇਰਾ ਨਿਕਲ ਜੇ ਕਿਉਂਕਿ ਉਹ ਪੈਸਾ 8-8 10-10 ਕਰੋੜ ਰੁਪਇਆ ਲਾ ਕੇ ਲੋਕ ਘਰੋਂ ਬੈਠੇ ਹੈ ਵਿਚਾਰੇ ਹਨਾ ਤੇ ਮਜਬੂਰੀਆਂ ਹੈ ਪੈ ਫਿਲਮਾਂ ਰਿਲੀਜ਼ ਕਰਨਾ ਇਹ ਨਹੀਂ ਕਿ ਉਹਨਾਂ ਨੂੰ ਰੱਖੀ ਰੱਖੂਗੇ ਤਾਂ ਮਿੱਟੀ ਹੋ ਜਾਣਗੇ ਸੋ ਬਹੁਤ ਨੁਕਸਾਨ ਹੋ ਰਿਹਾ ਜੀ ਆਲਰੇਡੀ ਘੱਟ ਸ਼ੋਜ਼ ਆ ਸਾਡੇ ਕੋਲੇ ਆਲਰੇਡੀ ਆਪਾਂ ਹਾਂਜੀ ਘੱਟ ਸੀਟਾਂ ਤੇ ਫਿਲਮਾਂ ਰਿਲੀਜ਼ ਕਰ ਰਹੇ ਹਾਂ ਤੇ ਡੈਫੀਨਿਟਲੀ ਨੁਕਸਾਨ ਹੈ ਉਤੋਂ ਇਹ ਇੱਕ ਜਿਹੜੀ ਕੰਟਰੋਵਰਸੀ ਹੈ ਉਹਦਾ ਇੱਕ ਵੱਡ ਤਰੀਕੇ ਦਾ ਨੁਕਸਾਨ ਹੈ ਸੋ ਕਿਤੇ ਨਾ ਕਿਤੇ ਕਿਉਂਕਿ ਸਾਨੂੰ ਸੀਗਾ ਕਿ ਇਹ ਗੱਲ ਜਰੂਰ ਕਲੀਅਰ ਕਰਦੇ ਜਾਵੇ ਪਹਿਲਾਂ ਲੱਗਦਾ ਸੀਗਾ ਕਿ ਸ਼ਾਇਦ ਅ ਐਡੀ ਗੱਲ ਹੈ ਨਹੀਂ ਕਿਉਂਕਿ ਆਪਾਂ ਪਹਿਲਾਂ ਦੀਆਂ ਫਿਲਮਾਂ ਹੈ ਹਨਾ ਬਟ ਸਾਨੂੰ ਸੀਗਾ ਕਿ ਯਾਰ ਜਿਵੇਂ ਤੁਹਾਡੇ ਨੂੰ ਤੁਹਾਡੀ ਲਾਈਨ ਦਾ ਪਤਾ ਹੁੰਦਾ ਸਾਡੀ ਲਾਈਨ ਦੇ ਲੋਕਾਂ ਨੂੰ ਤਾਂ ਪਤਾ ਹੀ ਹੈ ਤਾਂ ਜੇ ਹੋਰ ਚਾਰ ਬੰਦੇ ਨਾਲ ਖੜੇ ਹੋ ਕੇ ਗੱਲ ਬੋਲਣਗੇ ਤਾਂ ਲੋਕਾਂ ਤਾਈਂ ਗੱਲ ਪਹੁੰਚ ਜੂਗੀ ਲੋਕ ਆਰਟਿਸਟ ਨੂੰ ਫੋਲੋ ਕਰਦੇ ਆ ਉਹਨਾਂ ਦੀ ਸੁਣਦੇ ਆ ਜਿਵੇਂ ਪਹਿਲਾਂ ਗਿੱਪੀ ਬਾਈ ਨੇ ਘੁੱਗੀ ਬਾਈ ਨੇ ਜਸ ਬਾਜਵਾ ਵੀਰੇ ਨੇ ਬੋਲਿਆ ਤਾਂ ਕਿਤੇ ਨਾ ਕਿਤੇ 70% 75% ਲੋਕਾਂ ਨੂੰ ਗੱਲ ਸਮਝ ਆ ਗਈ ਹੁਣ ਇਹ ਗੱਲ ਦੁਬਾਰਾ ਉੱਠੀ ਹੈ ਹਨਾ ਸੋ ਉਹਨਾਂ ਨੇ ਨਹੀਂ ਬੋਲਿਆ ਜਾਂ ਉਹਨਾਂ ਨੂੰ ਜਿਵੇਂ ਠੀਕ ਲੱਗਿਆ ਜਾਂ ਹਰੇਕ ਬੰਦਾ ਡਰਦਾ ਹੈ ਕਿ ਯਾਰ ਸਾਡੇ ਗਾਲ ਨਾ ਪੈ ਜੇ ਹਨਾ ਸੋ ਸਾਨੂੰ ਆਪ ਜਸਟੀਫਿਕੇਸ਼ਨ ਦੇਣਾ ਪੈ ਰਿਹਾ ਬਟ ਠੀਕ ਹੈ ਭਾਜੀ ਪਹਿਲਾਂ ਦੀ ਫਿਲਮ ਹੈ ਤੇ ਉਹਦੇ ਆਨਲਾਈਨ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਦੋਂ ਅਸੀਂ ਸਲੇਟ ਦੇ ਫੋਟੋ ਪਾਈ ਹੈ ਸਭ ਨੂੰ ਪਤਾ ਹੈ ਕਿਦੋਂ ਸ਼ੂਟ ਸਟਾਰਟ ਹੋਇਆ ਹੈ ਹਨਾ ਅੱਜ ਕੱਲ ਤਾਂ ਪਬਲਿਕ ਡੋਮੇਨ ਤੇ ਰਹਿੰਦੀ ਹੈ ਡੋਮੇਨ ਤੇ ਰਹਿੰਦੀ ਹੈ ਹਨਾ ਤਾਂ ਹਰ ਬੰਦੇ ਨੂੰ ਪਤਾ ਹੈ ਕਿ ਜਾਂ ਕੋਈ ਵੀ ਬੰਦਾ ਨਵੰਬਰ ਤੋਂ ਬਾਅਦ ਦੀ ਕੋਈ ਵੀ ਸਾਡਾ ਕੰਟਰੈਕਟ ਕਿਸੇ ਵੀ ਇਹੋ ਜੀ ਕੰਪਨੀ ਨਾਲ ਦਿਖਾ ਦੇ ਤਾਂ ਜੋ ਜਿੱਥੇ ਕਹੋਗੇ ਉਮੇ ਭਾਜੀ ਆਖਰੀ ਸਵਾਲ ਭਾਈ ਤੁਹਾਨੂੰ ਹੈਗਾ ਕਿਸਾਨ ਜੱਥੇਬੰਦੀਆਂ ਦੀ ਸਪੋਰਟ ਤੁਸੀਂ ਕਿਸਾਨ ਸਮਝ ਕੇ ਕਰਦੇ ਰਹੇ ਹੋ ਅਸੀਂ ਵੀ ਦੇਖਦੇ ਰਹੇ ਹਾਂ ਲੇਕਿਨ ਤੁਹਾਡੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਆਗੂਆਂ ਨਾਲ ਕੋਈ ਗੱਲਬਾਤ ਹੋਈ ਹੈ ਇਸ ਮਸਲੇ ਦੇ ਉੱਤੇ ਕਿਉਂਕਿ ਕਿਸਾਨ ਵੀ ਬਹੁਤ ਸਾਰੇ ਵਿਰੋਧ ਕਰ ਰਹੇ ਸੀ ਦੋ ਤਿੰਨ ਦਿਨ ਪਹਿਲਾਂ ਤੁਹਾਡੇ ਕਰਦੇ ਬਾਹਰ ਆ ਕੇ ਵੀ ਬੈਠੇ ਸੀ ਕੁਝ ਕਿਸਾਨ ਤੁਹਾਡੀ ਗੱਲਬਾਤ ਹੋਈ ਆ ਤੁਸੀਂ ਉਹਨਾਂ ਨੂੰ ਕਿਹਾ ਕੋਈ ਗੱਲਬਾਤ ਕੀ ਸੱਚਾਈ ਤੁਸੀਂ ਆਪਦੇ ਥੱਲੇ ਇੱਕ ਸਰਕੂਲੇਟ ਜਾਰੀ ਕਰੋ ਤੇ ਉਹ ਗੱਲ ਮਤਲਬ ਚਲਦੀ ਪਈ ਸੀ ਕਿ ਵਿੱਚ ਸਾਡੇ ਨਾਲ ਦੇ ਵੀ ਕਹਿੰਦੇ ਸੀ ਵੀ ਉਹਨਾਂ ਨਾਲ ਗੱਲ ਕੀਤੀ ਜਾਵੇ ਮੇਬੀ ਅੱਜ ਜਾਂ ਸਵੇਰ ਦੇ ਵਿੱਚ ਵਿੱਚ ਉਹਨਾਂ ਨਾਲ ਗੱਲ ਕਰਾਂਗੇ ਪਰ ਫਿਲਹਾਲ ਭਾਜੀ ਇਹ ਮਤਲਬ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਗਈ ਕਿਸੇ ਵੀ ਮਤਲਬ ਜਥੇਬੰਦੀ ਦੇ ਨੁਮਾਇंदे ਨਾਲ ਨਹੀਂ ਗੱਲ ਹੋਈ ਬਟ ਮੈਨੂੰ ਆਇਆ ਸੀ ਕਿ ਸਭ ਤੋਂ ਪਹਿਲਾਂ ਜ਼ਰੂਰੀ ਹੈ ਮਤਲਬ ਜਿਨ੍ਹਾਂ ਨੇ ਮੈਨੂੰ ਇਸ ਤੱਕ ਲੈ ਕੇ ਆਂਦਾ ਹੈ ਮਤਲਬ ਪੰਜਾਬ ਦੀ ਆਵਾਮ ਨੇ ਲੋਕਾਂ ਨੇ ਵੀ ਉਹਨਾਂ ਨੂੰ ਮੈਂ ਆਪਣਾ ਇੱਕ ਮਤਲਬ ਜਿਹੜਾ ਆਪਣਾ ਮੇਰਾ ਨਿੱਜੀ ਪੱਖ ਹੈ ਵੀ ਮਤਲਬ ਅਸੀਂ ਸਾਡੀ ਕੀ ਸਿਚੁਏਸ਼ਨ ਹੈ ਜਾਂ ਅਸੀਂ ਮਤਲਬ ਕੀ ਚੀਜ਼ ਫੇਸ ਕਰ ਰਹੇ ਹਾਂ ਮੈਂ ਉਹ ਆਪਣੀ ਚੀਜ਼ ਸਾਰਿਆਂ ਦੇ ਸਾਹਮਣੇ ਜਿਹੜੀ ਮ ਬਾਕੀ ਅੱਜ ਵੀਰ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਪਈ ਕਿਉਂਕਿ ਉਹਨਾਂ ਸਾਡੇ ਕੋਲ ਮਤਲਬ ਹਰ ਚੀਜ਼ ਹੈ ਹਰ ਕੰਟਰੈਕਟ ਹੈ ਸਲੇਟ ਦੀਆਂ ਫੋਟੋਆਂ ਨੇ ਹਰ ਚੀਜ਼ ਹੈ ਕਿਹੜੀ ਚੀਜ਼ ਕਦੋਂ ਹੋਈ ਹੈ ਉਹਦੀ ਕਲੈਰੀਫਿਕੇਸ਼ਨ ਸਾਡਾ ਦੇਣਾ ਫਰਜ਼ ਬੰਦਾ ਤੇ ਉਹ ਅਸੀਂ ਅੱਜ ਲੋਕਾਂ ਨੂੰ ਵੀ ਦਿੱਤੀ ਹੈ ਤੇ ਅੱਜ ਇਸ ਕੱਲ ਨੂੰ ਜੇ ਕੋਈ ਜਥੇਬੰਦੀ ਨਾਲ ਸਾਡੀ ਮਤਲਬ वार्तालाਪ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਵੀ ਦਵਾਂਗੇ ਜੀ ਧੰਨਵਾਦ ਜੀ ਕਰਦਾ ਮਿਹਰਬਾਨੀ ਭਾਈ ਥੈਂਕ ਯੂ ਭਾਈ ਥੈਂਕ ਯੂ ਕੈਮਰਾਮੈਨ ਦੀਪਕ ਦਿਨਾਰ ਵਿਧਰ ਸਿੰਘ ਦੈਨਿਕਸ ਰਾ ਟੀਵੀ ਮੋਹਾਲੀ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੜੇ ਤੋਂ ਬਾਹਰ ਤੁਰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਓ ਹੁਣੇ ਕਾਲ ਕਰੋ ਬਾਬਾ सलीम ਖਾਨ 9819937460